ਕੇਂਦਰੀ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਵੀਰਿੰਦਰ ਕੁਮਾਰ ਨੇ ਨਸ਼ਾ ਮੁਕਤ ਭਾਰਤ ਮਹਿੰਮ ਤਹਿਤ ਅੱਜ ਨਵੀਂ ਦਿੱਲੀ ਵਿੱਚ 25 ਨਸ਼ਾ ਮੁਕਤੀ ਉਪਚਾਰ ਸਹੂਲਤਾਂ ਏਟੀਐਫ ਦੇਸ਼ ਨੂੰ ਸਮਰਪਿਤ ਕੀਤੀਆਂ ਇਸ ਏਟੀਐਫ ਯੋਜਨਾ ਦਾ ਮੰਤਵ ਨਸ਼ੀਲੀਆਂ ਦਵਾਈਆਂ ਦੀ ਲਤ ਲੱਗੇ ਲੋਕਾਂ ਤੇ ਉਹਨਾਂ ਲਈ ਸਮਰਪਿਤ ਉਪਚਾਰ ਸਹੂਲਤ ਵਿਚਾਲੇ ਪਾੜੇ ਨੂੰ ਪੂਰਾ ਕਰਨਾ ਹੈ ਆਪਣੇ ਸੰਬੋਧਨ ਵਿੱਚ ਵਿਰੇਂਦਰ ਕੁਮਾਰ ਨੇ ਕਿਹਾ ਕਿ ਇਹ ਕੇਂਦਰ ਸਮਾਜ ਵਿੱਚੋਂ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਦੇ ਖਤਰੇ ਨੂੰ ਖਤਮ ਕਰਨ ਵਿੱਚ ਮਦਦਗਾਰ ਬਣਨਗੇ ਤੇ ਇਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਸ਼ਾ ਮੁਕਤ ਰਾਸ਼ਟਰ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਮਦਦ حاصل ਹੋਵੇਗੀ।